ਅਸੀਂ ਇਹ ਨਲਕਾ ਨੇ ਅਸੀਂ ਕੋਈ ਰੋਡ ਹੋਇਆ ਗੱਡੀ ਆਸਤਾ ਨੇ ਕਿਛਕ ਕੋਈ ਜਿਹੜਾ ਬਿਮਾਰ ਹੁੰਦਾ ਪਿੱਠੀ ਚੁੱਕੀ ਅਸੀਂ ਕਿਸੇ ਟੀਆ ਉੱਥੇ ਪਹੜੀ ਤੱਕ ਲੈਣਾ ਬੰਦਾ ਕਿ ਕਿਸੇ ਟੀਆ ਲੈਣਾ ਬੰਦਾ ਪਾ ਕੋਈ ਮਰ ਗਿਆ ਹਸਤੇ ਪਾ ਕੋਈ ਨਹੀਂ ਉਹ ਕਹੀ ਕਿਸੇ ਟੀਸ ਹਸਪਤਾਲ ਤੱਕ ਪਿਆਣਦਾ ਵੀ ਲੋਕਾਂ ਨੇ ਛੰਦੇ ਕਰਨਾ ਬੰਦੇ ਚਲੋ ਅਸੀਂ ਸਾਢੇ 9 ਕੋਈ ਰੋਡ ਨਹੀਂ ਆਇਆ ਅਸੀਂ ਨੇ ਕੋਈ ਕੋਠੀਏ ਪੈਸੇ ਥੋਏ ਕੋਠੀ ਬਹੇ ਦੋ ਕਿਸ਼ਤਾਂ ਥੋਈ ਨੇ ਇੱਕ ਕਿਸ਼ਤਾ ਸੀ ਨਹੀਂ ਥੋਈ ਅੱਛਾ ਇਹ ਤੋ ਸਾਕਦੇ ਭਾਈ ਕੋਠੀਏ ਦੇ ਪੈਸੇ ਨਹੀਂ ਥੋਏ ਹਾਂ ਨਹੀਂ ਥੋਏ ਦੇ ਨਾ ਸੀ ਦੋ ਕਿਸ਼ਤਾਂ ਥੋਈਆਂ ਹਾਂ ਆਖਰ ਦੋ ਕਿਸ਼ਤਾਂ ਥੋਈ ਸ਼ਿਵ ਕਿਆ ਗਲੇ ਅੰਸ਼ਿਵ ਕਿਆ ਖੈਂ ਕਿ ਕੋਈ ਚਾਹ ਪਾਣੀ ਦਿਓ ਸਰਗਾ ਨਹੀਂ ਹੈ ਪੈਸੇ ਸੇ ਖੁਆ ਦੇਨੇ ਕਿ ਕਿਆ ਦਾ ਗ੍ਰਾਮ ਸ਼ਿਵ ਕੋ ਅਰੇ ਚਾਹ ਪਾਣੀ ਦਿਓ ਸਰਗਾ ਨਹੀਂ ਹੈ ਪੈਸੇ ਸੇ ਖੁਆ ਦੇਨੇ ਪਿਆਸੇ ਆ ਤਾਂ ਤੁਸੀਂ ਕਿਸ ਤਿੰਨ ਸੋਣੀਆਂ ਆ ਚਾਹ ਪਾਣੀ ਜਿਹੜੇ ਚਾਹ ਦੁੱਧ ਪਾਈਏ ਪੀਣ ਲਈ ਜਾਂ ਕੇ ਨਹੀਂ ਕੇ ਵਦਨ ਪੈਸੇ ਕਨ ਨਾ ਪਿੰਦੇ ਹੋਣੇ ਚਾਹ ਸ਼ੂ ਨਾ ਸੇ ਕੇ ਵਦਨ ਕਿੰਜਾਂ ਪਿੰਦੇ ਕਰ ਨਹੀਂ ਗੱਲ ਨਹੀਂ ਆਦੇ ਆਉਂ ਡੀਸੀ ਦੇ ਪੇਸ਼ ਵੀ ਹੋਏ ਆ ਰਾਮ ਉਹ ਤੇ ਬਿਹਾਰੀ ਹੀ ਆ ਮੈਂ ਐਪਲੀਕੇਸ਼ਨ ਦਿੱਤੀ ਸਾੜਾ ਜਗਾ ਉਹ ਗ੍ਰਾਮ ਸੇਵ ਤਾਂ ਉਸਨੇ ਕਿਹਾ ਥੋੜੇ ਬਾਥਰੂਮ ਨਹੀਂ ਬਣਾ ਦੇ ਉਹਦੇ ਵਜੇ ਕੰਨਾ ਉਸ ਉਹ ਪੀ ਉਹ ਛੂੜੀ ਦੇ ਉੜੀ ਅਸਲ ਤੂੰ ਤਾਂ ਬਾਥਰੂਮ ਸਰਕਾਰੀ ਜਿਹੜੇ ਪੈਸੇ ਵੀ ਥੋੜੇ ਬਾਥਰੂਮ ਹੋਏਗਾ ਨਹੀਂ ਇਹ ਹੁਣ ਗਰੀਬੇ ਲੋਕ ਇੱਕ ਦਾ ਹੀ ਦਾਉ ਲੱਗੋ ਕਿ ਬਾਥਰੂਮ ਬਣਾ ਲੈ ਕਰਨੇ ਪੈਸੇ ਜਾਂ ਟੇ ਡਿਵਾਰਲਾ ਸੇ 2 ਸਾਲ ਹੋਈ ਯਮੀ ਕਿ ਰਸ਼ਨ ਨਹੀਂ ਹੋਇਆ ਉਹ ਕੀ ਪਤਾ ਨਹੀਂ ਉਹਨੇ ਆਖਿਆ ਮਾਰ ਜਿਆ ਪਿਆਧਾਰ ਕਰ ਲਈਏ ਜਾਓ ਹਾਂ ਤੇ ਉਦਮਪੁਰ ਉੱਥੇ ਗਏ ਆ ਅਹ ਦੋ ਤਰਾ ਸਾਲਿਆਂ ਸੇ ਰਸਨੇ ਹੋਇਆ ਇਹ ਮੇਰਾ ਬੀਪੀਐਲ ਹੈ ਅੱਛਾ ਇੱਕ ਲੈ ਦਿੰਦੇ ਨੂੰ ਇਹ ਇੰਦਾ ਕਿੰਨੇ ਦਾ ਆ ਬੋਲ ਅੱਜ ਅਸ ਉਦਮਪੁਰ ਜ਼ਿਲ੍ਹੇ ਦੇ ਜਗਾ ਨੂੰ ਥਾਰ ਬੜਾ ਇਤਿਹਾਸਿਕ ਥਾਰ ਹੈ ਜਗਾ ਨੂੰ ਉਹਦੇ ਕੋਲਾ ਕਾ ਕੋਈ ਲਗਭਗ 5-7 ਕਿਲੋਮੀਟਰ ਉੱਪਰਲੀ ਬਕੀ ਮਨਸਾਗਰਾ ਹੈ ਉਥਾ ਸ ਆਏਦੇ ਆ ਉਥੋਂ ਦੇ ਜਿਹੜੇ ਬਸਨੀਕ ਸਾਰੇ ਕੰਨਣ ਨੇ ਮਾਤਰ ਸ਼ਕਤੀ ਸਾਰੇ ਕੰਨਣ ਖੜੋਤੀ ਦੀ ਹਨ ਤੋ ਤੋ ਸੇ ਦਸੋ ਪਈ ਕੇ ਕੇ ਪਰੇਸ਼ਾਨੀਆਂ ਤੁਸੀਂ ਥਾ ਬਈ ਅਸੇ ਨੇ ਨਲਕਾ ਨੇ ਅਸੇ ਕੋਈ ਰੋਡ ਥੋਇਆ ਗੱਡੀ ਆਸਤੇ ਨੇ ਕਿਸੇ ਦਾ ਕੋਈ ਜਲਾ ਬਿਮਾਰ ਹੁੰਦਾ ਪਿੱਠੀ ਚੁੱਕੀ ਅਸੀਂ ਕਿਸੇ ਟੀਆ ਉੱਥੇ ਪਾੜੀਆ ਤੱਕ ਲੈਣਾ ਬੰਦਾ ਕਿ ਕਿਸੇ ਟੀਆ ਲੈਣਾ ਬੰਦਾ ਪਾ ਕੋਈ ਮਰ ਗਿਆ ਆਸਤੇ ਪਾ ਕੋਈ ਨਹੀਂ ਕਿਸੇ ਟੀਸੇ ਹਸਪਤਾਲ ਤੱਕ ਪਿਆਣਾ ਬੰਦਾ ਵੀ ਲੋਕਿਆਂ ਛੰਦੇ ਕਰਨਾ ਬੰਦੇ ਚਲੋ ਅਸੀਂ ਸਾਢੇ 9 ਕੋਈ ਰੋਡ ਨਹੀਂ ਆਇਆ ਅਸੀਂ ਨੇ ਕੋਈ ਕੋਠੀਏ ਪੈਸੇ ਥੋਏ ਕੋਠੀਏ ਬਹਿ ਦੋ ਕਿਸ਼ਤਾਂ ਥੋਈਆਂ ਇੱਕ ਕਿਸ਼ਤਾਂ ਨਹੀਂ ਥੋਈ ਅੱਛਾ ਇਹ ਤੁਸਾ ਕਹਦੇ ਪਈ ਕੋਠੀਏ ਦੇ ਪੈਸੇ ਨਹੀਂ ਥੋਏ ਹਾਂ ਨਹੀਂ ਥੋਏ ਦੇ ਨਾ ਸੇ ਦੋ ਕਿਸ਼ਤਾਂ ਅਸੀਂ ਹੁਣ ਪਤਾ ਨਹੀਂ ਕਿੰਨੇ ਸਾਲ ਹੋ ਗਏ ਪਾਪਾ ਸਾਲ ਦੋ ਹੋ ਹੀ ਗਿਆ ਸੇ ਦੋ ਸਾਲ ਹੋਈਏ ਹਾਂਜੀ ਹਾਂ ਅੱਗੇ ਜਿਹੜੀ ਅਗਲੀ ਕਿਸ਼ਤੀ ਉਹ ਨਹੀਂ ਥੋਈ ਨਹੀਂ ਥੋਈ ਅਸੀਂ ਉਹ ਨਹੀਂ ਥੋਈ ਯਾਰ ਨਹੀਂ ਥੋਈ ਅਸੀਂ ਤੇ ਦੋਹ ਕਿਸ਼ਤੇ ਕਿੰਨੇ ਪੈਸੇ ਥੋਏ ਅਸੀਂ ਇੱਕ ਵਾਰੀ ਅਸੀਂ ਥੋਏ ਨੇ 5000 ਰੁਪਿਆ ਨਹੀਂ ਅਸੀਂ ਪੈਸੇ ਥੋਏ 4000 ਨਹੀਂ ਪੀ ਥੋਈ ਅਸੀਂ 5000 ਰੁਪਿਆ ਤੇ ਜਿਹੜੀ ਤਰੀਕੇ ਚ ਤਾਉਣੀ ਹੀ ਉਹ ਨਹੀਂ ਥੋਈ ਅਸੀਂ ਤੇ ਤੁਸੀਂ ਜਿਹੜੇ ಗ್ರಾಮ ਸੇਵਕ ਜਾਂ ਇਨਸਪੈਕਟਰ ਪੰਚਾਇਤ ਜਾਂ ਵੀਡੀਓ ਸਾਹਬ ਨੇ ਨੇਜਰ ಗ್ರಾಮ ਸੇਵਕ ਕਹਿੰਖੇ ਆਂਸ਼ਿਕ ਕਹਿਖੇ ਕਿ ਕੋਈ ਚਾਹ ਪਾਣੀ ਦਿਓ ਸਰਗਾ ਨਹੀਂ ਹੈ ਪੈਸੇ ਅਸੇ ਖੁਹਾ ਦੇਨੇ ਅਸੇ ਕੀ ਆਦਾ ಗ್ರಾಮ ਸੇਵਕ ਅਸੇ ਚਾਹ ਪਾਣੀ ਦਿਓ ਸਰਗਾ ਨਹੀਂ ਹੈ ਪੈਸੇ ਅਸੇ ਖੁਹਾ ਦੇਨੇ ਪਿਆਸੇ ਆ ਤਾਂ ਤੁਸੀਂ ਕਿਸ ਦਿਨ ਤੋਂ ਨਹੀਂ ਆ ਚਾਹ ਪਾਣੀ ਜਿਹੜੇ ਚਾਹ ਦੁੱਧ ਪਾਈਏ ਪੀਣੇ ਲਈ ਜਾਂ ਕਿਸ਼ ਨਹੀਂ ਕੀ ਬਦਨ ਪਿਆਸੇ ਕਹਿੰਦੇ ਹੁਣੇ ਪਿੰਦੇ ਹੋਣੇ ਚਾਹ ਸ਼ੂ ਨਾ ਸੀ ਕੀ ਬਦਾ ਕਿੰਜੇ ਪਿੰਦੇ ਚਾਹ ਕਿੰਜੇ ਨਹੀਂ ਹਾਂਜੀ ਹਾਂ ਮੈਂ ਅੱਛਾ ਪੈਸੇ ਹੁਣ ਮੰਗਾ ਹਾਂ ਹਾਂਜੀ ਹਾਂ ਪੈਸੇ ਤੇ ਤੁਸੀਂ ਉਹਦੀ ਸ਼ਿਕਾਇਤ ਨਹੀਂ ਕੀਤੀ ਕੀ ਕੇਸ ਵਿੱਚ ਸੀਬੀਆਈ ਸਾਰੇ ਨੇ ਸ਼ਾਇਦ ਜਲੇ ਵੀ ਲੈ ਖਾਂ ਜਲੇ ਸੁਣਾਇਆ ਥੋੜੀ ਕਿਸ਼ਤ ਨਹੀਂ ਸੁਣਿਆ ਸੀ ਮਾਹ ਸਾਸ ਵੀ ਚੁੱਪ ਕਰਿਆ ਹਾਂ ਕਿ ਰਿਪਲੋ ਕਹਿ ਕੇ ਕਰਨਾ ਸਾੜੇ ਪੈਸੇ ਹੋਣਾ ਸੀ ਨਾ ਖਾਨਦਾਨੋਂ 10-20 ਕੋ ਅੱਛਾ ਇਹ ਵੀਡੀਓ ਦਫਤਰ ਤੋਂ ਹੁੰਦਾ ਜਗਾਨੂ ਹਾਂਜੀ ਹਾਂ ਤੇ ਇਹ ਕੋਈ ਤੋਂ ਹੈ 5-7 ਕਿਲੋਮੀਟਰ ਤੋਂ ਉੱਥੇ ਸ਼ਿਕਾਇਤ ਨਹੀਂ ਕੀਤੀ ਨਹੀਂ ਆ ਦੋ ਤਰਾਂ ਨਹੀਂ ਗਈ ਦੋਨੇ ਆਖਿਆ ਖਾਲੀ ਹਾਂ ਲਿਖਿਓ ਆਪਣਾ ਕੇ ਨਾ ਲੈਂਦੇ ਜਿਵੇਂ ਗਈ ਤੇ ਲਈ ਗਈ ਦੋਨੇ ਆਖਿਆ ਮਰਜੀ ਜਾਓ ਤੇ ਬੈਂਕ ਚ ਕਰੋ ਪਤਾ ਉੱਥੇ ਗਏ ਉਹਨਾਂ ਆਖਿਆ ਕਿਸ਼ਤ ਨਹੀਂ ਆਈ ਦੀ ਜਲੇ ਗਲਾਮ ਸ਼ਿਪ ਕੇ ਆਖਿਆ ਵਲੇ ਆਖਣਾ ਕੋਠੀ ਠੀਕ ਨਹੀਂ ਬਣਾਈ ਦੋ ਮੈਂ ਆਖਿਆ ਜਿੰਨਹ ਰੁਪਏ ਨੇ ਨਹਰੀ ਕੋਠ ਜਿੰਨੇ ਘਰ ਚਾਦਰ ਉਹ ਨਹੀਂ ਹਰੇ ਰੋਖਰਦਾਨ ਦਿੰਦਾ ਕੋਈ ਸੜਗਾ ਪੈਸੇ ਹੁੰਦੇ ਆ ਨਿਆਪੇ ਗੰਢਿਆ ਉਹ ਗੱਲ ਚਾਹ ਪਾਣੀ ਬੜੀ ਹੀ ਹੈ ਗੱਲ ਚਾਹ ਪਾਣੀ ਬੜੀ ਤੇ ਤੁਸੀਂ ਦੱਸੋ ਭਾਈ ਬਿਜਲੀ ਦੀ ਬਗੈਰ ਆ ਤੂੰਦਾ ਹਾਂਜੀ ਹਾਂ ਬਿਜਲੀ ਆ ਸਾਡਾ ਬਿਜਲੀ ਆ ਬਿਜਲੀ ਵੀ ਪਰੇਸ਼ਾਨੀ ਬੜੀ ਅੱਛਾ ਆ ਦੇਖੋ ਰੋੜੇ ਬੜੀ ਬੜੀ ਪਰੇਸ਼ਾਨੀਆਂ ਨੇ ਅੱਛਾ ਆ ਇਹ ਇਹ ਸਾਢੇ 4 ਦੇ ਤੋਂ 5-6 ਸੇ ਅਗੜੇ ਆਈਓ ਤੁਸੀਂ ਚੱਕਾ ਹੀ ਗੈ ਲਿਓ ਇਧਰ ਆਈਓ ਅੱਗੇ ਅੱਗ ਆਈਓ ਅੱਗੇ ਅੱਛਾ ਕੀ ਪਰੇਸ਼ਾਨੀ ਹੈ ਤੁਸੀਂ ਇਹ ਰੋੜੇ ਇੱਕ ਰੋੜ ਦੀ ਇੱਕ ਬਿਜਲੀ ਅੱਛਾ ਇੱਕ ਬਿਜਲੀਏ ਇੱਕ ਕਰੋੜ ਦੀ ਅੱਛਾ ਹਾਂ ਸਰਕਾਰੀ ਟੂਟੀਆਂ ਲੱਗੀਆਂ ਨਾ ਸਰਕਾਰ ਕਿਸੇ ਨਿਹੜ ਪੰਪ ਲੱਗੇ ਨੇ ਨਲਕੇ ਲੱਗੇ ਕਿਸ਼ੂਣੀਆਂ ਲੱਗਾ ਸਾਢੇ ਇਹ ਦਿਖੇ ਨੇ ਰਸਤੇ 'ਚ ਬੜੇ ਐਂਡ ਪੰਪ ਲੱਗੇ ਲੇਕਿਨ ਖਰਾਬ ਨੇ ਖਰਾਬ ਆਣੀਂ ਨਾਂਦਾ ਤੇ ਦੂਰ ਦੂਰ ਲੱਗਿਆ ਸਾੜੇ ਘਰਾں ਚ ਦੇਖ ਲੋ ਤਾ ਸਾਰੇ ਫਿਰ ਲੋ ਐਂਸੇ ਹੀ ਨਹੀਂ ਆ ਅੱਛਾ ਸਾੜਾ ਬਾਦਾ ਖਰਾਬ ਹੋ ਗਿਆ ਸਾੜੇ ਨਹੀਂ ਹੈ ਨਾ ਸਾੜਾ ਬਾਦਾ ਖਰਾਬ ਨਹੀਂ ਹੈ ਮਾਰਾ ਐਕਸੀ ਨਹੀਂ ਅੱਛਾ ਰੋਡ ਨਹੀਂ ਅੱਛਾ ਕੋਈ ਲਾਰੀ ਗੱਡੀ ਆਉਂਦੀ ਇੱਥੇ ਨਹੀਂ ਨਾ ਨਾ ਤੇ ਪੀ ਜੱਲੇ ਤੁਸੀਂ ਉਦੋਂ ਪੁਰ ਜੱਗਾ ਨੂੰ ਜਾਣਾ ਤੇ ਕੀ ਹੈ ਜਦੋਂ ਮੈਂ ਸਾੜੇ ਪਾਗੜੀਆਂ ਜਾਣਾ ਬੰਦਾ ਨਹੀਂ ਬਦਲ ਗਿਆ ਹਾਂਜੀ ਬਦਲ ਗਿਆ ਆਉਂਦੀਆਂ ਉਹ ਵੀ ਫੋਲ ਸਾਤ ਕੋਈ ਅਸਵਾਨ ਨਾਲ ਥੱਲੇ ਰੋਡ ਇਹ ਜਮੀਨ ਦੁਬਾ ਬੰਦਾਈ ਅੱਛਾ ਅੱਦ ਉਹ ਤਾਂ ਉਹ ਨਹੀਂ ਆਉਂਦਾ ਅਸੇ ਭਾਈ ਤੁਸੀਂ ਲੋਕ ਕਿਹ ਹਾਲੀ ਗੇ ਗਾਣਾ ਸਾਡੇ ਗਰੀਬੇ ਲੋਕੇ ਹਨ ਅਸੀਂ ਖਾਲੀ ਰੋਡ ਖੜਾਣਾ ਚਾਹੀਦਾ ਸਾਡਾ ਤੇ ਇੱਥੇ ਤੇ ਰਸਤਾ ਵੀ ਨਹੀਂ ਆਸ ਵੀ ਤੇ ਪਹਾੜੀ ਚੜੀ ਨਹੀਂ ਤੋ ਅਸਾਈ ਪਹਾੜੀ ਚੜੀ ਆ ਤੁਸੀਂ ਕਿਹ ਹੋ ਜਾਂ ਤੁਸੀਂ ਸਾਹ ਚੜਿਆ ਸਾਗੇ ਜੜਿਆ ਮੀਆਂ ਖਾਵਾ ਪਈ ਸਾੜੀ ਇੱਕ ਬੰਦਾ ਜਿਹੜਾ ਤੇ ਉਹ ਗੱਛ ਗਈ ਡਿੱਗੀ ਬਿਆ ਆਹ ਨਹੀਂ ਡਿੱਗੀ ਬਿਆ ਸਾੜਾ ਕੇ ਹੁੰਦਾ ਜੇ ਜਨਾਸ ਲੋਕ ਜਾਂਦੇ ਹੁੰਦੇ ਸਾੜਾ ਕੇ ਹੁੰਦਾ ਇਹ ਨਹੀਂ ਰੱਚ ਗਿਆ ਨਹੀਂ ਰਗਾ ਰਵਾ ਨਹੀਂ ਕੇ ਬੜਾ ਮੁਸ਼ਕਿਲ ਹੈ ਬੜਾ ਮੁਸ਼ਕਿਲ ਹੈ ਇੱਥੇ ਦੇ ਉਮਾ ਬੰਦੇ ਦਾ ਸਾਹ ਨਿਕਲੀ ਜਾਂਦਾ ਬਾਹਰ ਨਿਕਲੀ ਜਾਂਦਾ ਮੈਨੂੰ ਕੱਲ੍ਹ ਕੋਈ ਬਿਮਾਰ ਹੋ ਗਿਆ ਸੀ ਤਰੀੜੀ ਲੈਣਾ ਬੰਦਾ ਪਿੱਠੇ ਚੁੱਕ ਕੇ ਹਾਲ ਤੱਕ ਜਿਸੇ ਕੋਈ ਜੋਰ ਕੋ ਲੇਗਾ ਜਿਸੇ ਸਾੜਾ ਸਾੜੇ 9:30 ਮੇਰੇ ਘਰ ਆ ਲਿਖ ਕੇ ਆਇਆ ਆਹ ਦੇਖੋ ਯਾਰ ਪਰਾ ਸ਼ੁਰੂ ਨਹੀਂ ਆ ਦੇਖੋ ਇਹ ਸਾੜੇ ਨੇ ਕੋਈ ਬਿਮਾਰ ਹੀ ਹੈ ਕੁਝ ਨਹੀਂ ਹੈ ਬੜਾ ਮੁਸ਼ਕਿਲ ਹੈ ਜੀ ਬੜਾ ਮੁਸ਼ਕਿਲ ਹੈ ਅੱਛਾ ਜਿਹੜਾ ਇਹ ਸਰਕਾਰੀ ਰਾਸ਼ਨ ਹੈ ਡੀਪੂ ਵਾਲਾ ਇਹ ਵੀ ਥੋਂ ਦਾ ਨਹੀਂ ਅਸੀਂ 2 ਸਾਲ ਹੋਈ ਜਾਂ ਕਿ ਰਾਸ਼ਨ ਨਹੀਂ ਥੋਇਆ ਉਹ ਕੀ ਪਤਾ ਨਹੀਂ ਉਹਨੇ ਆਖਿਆ ਮਾਰ ਜਿਆ ਪਤਾ ਧਾਰ卡 ਲੀ ਜਾਓ ਹਾਂ ਤੋ ਉਦਮਪੁਰ ਉੱਥੇ ਗਏ ਆਂ ਅਹੇ 2 ਤਰਾ ਸਾਲ ਹੋਈਆਂ ਸੇ ਰਾਸ਼ਨ ਨਹੀਂ ਥੋਇਆ ਸਾਰੇ ਜੀ ਬੇਨਿਤ ਹੋਇਆ ਕਿਨੇ ਜੀਵਤ ਉਸਕਾ ਅਸ ਕਰੇ ਦੇ ਛੇ ਆਦਮੀ ਨੇ ਤੇ ਛੇ ਦੇ ਚੇਂਗ ਨਹੀਂ ਥੋਂਦਾ ਜਾਂ ਖਾਲੀ ਖਾਲੀ ਇਹ ਨਹੀਂ ਥੋਂਦਾ 2 ਕਿਲੋ ਚੌਲ ਥੋਂਦੇ 3 ਕਿਲੋ ਆਟਾ ਥੋਂਦਾ ਬਸ ਤੇ ਬਾਕੀ ਵਾਲੇ ਨਹੀਂ ਥੋਂਦੇ ਬਾਕੀ ਨੇ ਨੇ ਥੋਂ ਦਾ ਸਹਗਣੀਆਂ ਬਾਕੀ ਵਾਲੇ ਵੀ ਖਾ ਸੋਣਾ ਸੋਣੀ ਲਿਆ ਤੁਸੀਂ ਸਰਕਾਰੀ ਰਾਸ਼ਨ ਜਿਹੜਾ ਹੈ ਇਣੀ ਨਹੀਂ ਥੋਂਦਾ 6 ਜੀਵਨ ਕਰਾ ਦੇ ਹਾਂ ਆਲੀ ਤਾਂ ਕਰੀਣੀ ਰਾਸ਼ਨ ਨਹੀਂ ਹੈ ਤੇ ਦੂਆ ਜਿਹੜਾ ਇਹਨੇ ਆਪੋਂ ਤੁਸੀਂ ਇੰਦੇ ਮੂੰਹਾਂ ਸੁਣੀ ਲਿਆ ਕਿ ਦੋ ਕਿਸ਼ਤਾਂ ਇਣੀ ਕੀ ਥੋਈ ਗੇਦੀਆਂ ਨਾ ਤਰੀ ਕਿਸ਼ਤ ਜਿਹੜੀ ਹੈ ਉਹ ਚਾਹ ਪਾਣੀ ਆਪਰੇੜੀ ਦੀ ਹੈ ਹਾਂ ਜੀ ਹਾਂ ਚਾਹ ਪਾਣੀ ਅਗਰ ਭਲਾ ਹੀ ਦਿੱਤਾਗੇ ਇਹਦਾ ਹੁੰਦਾ ਇਹ ਮੇਰਾ ਬੀਪੀ ਵਾਲਾ ਹੈ ਅੱਛਾ ਇੱਕ ਲੈ ਦਿੰਦੇ ਨੂੰ ਏ ਇੰਦਾ ਕਿੰਨੇ ਦਾ ਬੋਲੋ ਕਿੰਨੇ ਦਾ ਇਹ ਮੈਂ ਸੌਰਾ ਨੇ ਅੱਛਾ ਤੁਸੀਂ ਦੇ ਸੌਰਾ ਹੋ ਹਾਂ ਇਹਨਾਂ ਦਾ ਪਰਿਵਾਰ ਹੈ ਅੱਛਾ ਇਧਰ ਆਓ ਥੋੜੀ ਅੱਗੇ ਤੇ ਤੁਸੀਂ ਕੀ ਕੱਲਾ ਤੁਸੀਂ ਕੀ ਥੁੰਦਾ ਤੇ ਬਾਕੀ ਵਾਲੇ ਤੁਸੀਂ ਪੁੱਛਣਾ ਕੋਈ ਡੀਲਰੇ ਪੁੱਛਣਾ ਪੀਐਸਓ ਹੀ ਪੁੱਛਣਾ ਉਹ ਆਖਦੇ ਥੋੜੇ ਧਾਰਗੜ ਲੈਂਕਰ ਨਹੀਂ ਹੋਦੇ ਤੇ ਆਖਣਾ ਅਸੀਂ ਕੋੜੇ ਕਰਨੇ ਉਹ ਤੇ ਤੁਸੀਂ ਕਰਨੇ ਲਿੰਕ ਦਿੱਤੇ ਦੋ ਸਾਡਾ ਧਾਰਗੜ ਵੀ ਸਾਰੇ ਆ ਚਲ ਆਧਾਰ ਕਾਰਡ ਤੁਸੀਂ ਦੇਉੜੇ ਦੇ ਦਿੱਤੇ ਮੈਨੂੰ ਅੱਛਾ ਨਹੀਂ ਥੋਲਾ ਭਾਈ ਰਾਸ਼ਨ ਨਹੀਂ ਥੋ ਇਹਦਾ ਪਰ ਤੇ ਨਾਂ ਸਾਰੇ ਦੇ ਲਿਖੋਏ ਦੇ ਸਾਰੇ ਦੇ ਨਾਂ ਅਦੇ ਪਿਆ ਸੀ ਰਾਸ਼ਨ ਕੇਂਦ ਹੁੰਦਾ ਐ ਤੇ ਪਰ ਸਾਰੇ ਦੇ ਨਾਂ ਅਦੇ ਪਿਆ ਸੀ ਰਾਸ਼ਨ ਕੇਂਦ ਹੁੰਦਾ ਉਹ ਉਹ ਦੇ ਵਿੱਚ ਨਾਂ ਸਾਰੇ ਦੇ ਲਿਖੋਏ ਦੇਣ ਆਣ ਪਾ ਰਹੇ ਜੱਕੇ ਬੱਦੇ ਇਹਨੇ ਕੀ ਮੈਂ ਥੋੜਾ ਗੈਸ ਸਬੂਤ ਦੇ ਉੜਿਆ ਬਿਲਕੁਲ ਸਬੂਤ ਸਾਹਮਣੇ ਲੱਭਾ ਦਾ ਇਹ ਤੋਂ ਸੇ ਵੀ ਦੇਖ ਲਓ ਸਬੂਤ ਇਹ ਸਬੂਤ ਹੈ ਆਣ ਪਾ ਰਹੇ ਸੀਪੀਡੀ ਮਹਿਕਮੇ ਦਾ ਪਰ ਤੁਸੀਂ ਦੇਖੀ ਗਿਆ ਲਿਆ ਕਿ ਜ਼ਿਲ੍ਹਾ ਉਦਮਪੁਰ ਦੇ ਇਸ ਜਿਹੜੇ ਮਨਸਾਗਰਾਂ ਹੈ ਇੱਥੇ ਕਿਉਂ ਆ ਕਰਦਾ ਸਰਕਾਰ ਕੀ ਵਿਚਾਈਦਾ ਹੈ ਕੀ ਕੀ ਹਸਤਾ ਉਹ ਉਹ ਦੇ ਮਗੰਨੇ ਪੈਸੇ ਸੀ ਕੋਈ ਮਗੰਨੇ ਪੈਸੇ ਨਹੀਂ ਥੋਈ ਜਾ ਕੇ ਸੀ ਮੇਰਾ ਮਰਾ ਜੱਕਿਆ ਰੋ ਗੱਲ ਤਾਂ ਨਹੀਂ ਹੁੰਦੀ ਉਸੀ ਕੁਸੇ ਨਾਲ ਗੱਲ ਕਰਨੇ ਉਸੀ ਅੰਦਰ ਤੁਸੀਂ ਆਪੂ ਕਰਨੀ ਗੱਲ ਨਹੀਂ ਆ ਦੇ ਆਉਂਦੀ ਸੀ ਤੇ ਪੇਸ਼ ਵੀ ਹੋਏ ਆ ਰਾਮ ਉਹ ਤੇ ਬਿਹਾਰੀ ਹੀ ਆ ਮੈਂ ਐਪਲੀਕੇਸ਼ਨ ਦਿੱਤੀ ਸਾੜਾ ਜਕਾ ਉਹ ਗ੍ਰਾਮ ਸੇਵ ਤਾਂ ਉਸਨੇ ਕਿਹਾ ਥੋੜੇ ਬਾਥਰੂਮ ਨਹੀਂ ਬਣਾ ਦੇ ਉਹਦੇ ਵਜ੍ਹਾ ਕਰਨਾ ਉਸ ਉਹ ਪੀ ਉਹ ਛੂੜੀ ਦੇ ਉੜੀ ਅੱਛਾ ਤੇ ਤੁਹਾਨੂੰ ਬਾਥਰੂਮ ਸਰਕਾਰੀ ਜਿਹੜੇ ਪੈਸੇ ਵੀ ਤੁਹਾਡੇ ਬਾਥਰੂਮ ਹੋਏ ਕਿ ਨਹੀਂ ਇਹ ਹੁਣ ਉਹ ਗਰੀਬੇ ਲੋਕ ਇੱਕ ਦਾ ਹੀ ਦਾਉ ਲੱਗੋ ਕਿ ਉਹ ਬਾਥਰੂਮ ਬਣਾ ਲੈ ਕਰਨੇ ਪੈ ਹੈ ਝਾਂਟੇ ਦੀਵਾਰ ਲਾ ਅਰੇ ਕਿੱਟ ਡਗਾ ਕੀ ਆਖਦੇ ਪਈ ਪਹਿਲਾ ਘਰਾ ਲਾਓ ਪੈਸੇ ਪਹਿਲਾ ਘਰਾ ਲਾਓ ਤੋਸ ਪੈਸੇ ਦੇ ਪੀ ਆਸੇ ਦੂਸਰੀ ਬਾਥਰੂਮੇ ਪੈਸੇ ਦੇ ਨੇ ਆਦੇ ਆਸੇ ਬਾਈ ਨਹੀਂ ਹੁਣ ਫੋਰੀਓ ਦੇ ਨਹੀਂ ਬਣੀ ਮੇਰੇ ਮਰਾਏ ਗੁਸਾ ਆ ਕੇ ਗੱਲ ਕਰੀਏ ਰਾਈ ਨਹੀਂ ਆ ਮਤਲਬ ਉਹ ਜੱਕਰਿਆ ਆ ਰਿਆ ਬਾਈ ਮੈਂ ਕੀ ਪੜਾ ਫਿਰ ਮੰਦਾ ਹੋਣਾ ਨਾ ਗੱਲ ਫਿਰ ਮੰਦੇ ਉਹ ਗੱਲ ਨਹੀਂ ਕਰੀ ਸਕਦਾ ਗੁਸਾ ਆ ਗਿਆ ਠੀਕ ਹੈ ਗਰਾਏ ਚਾਲੀ ਵੀ ਜਿਹੜੇ ਜਾਗਤ ਨੇ ਝਗਦੇ ਨੇ ਗੱਲ ਆਦੇ ਗੱਲ ਨਹੀਂ ਕਰਨੀ ਆਦੇ ਸਾੜੇ ਮਗਨ ਨਹੀਂ ਤੋ ਦਿਖਲਾ ਮੇਰੀ ਕੋਠੀ ਹੈਗਾ ਜੱਲਾ ਪਾਈ ਜੱਲਾ ਵਰਸਾਂ ਪਉਂਦੀ ਦਾ ਸੋਤਣਾ ਪਉਂਦਾ ਪੁਈਆਂ ਪਾਣੀ ਚੜਦਾ ਆਦੇ ਬੜਾ ਮੁਸ਼ਕਲ ਆਸ ਹਾਂ ਅਰੇ ਇੱਕ ਧੜੀ ਲਾਂਦਾ ਤੇ ਦੋ ਗਰਨ ਪੀ ਬਿਮਾਰ ਹੋਈਂਦਾ ਬਿਮਾਰੀ ਹੋ ਪੱਲੇ ਵੀ ਅਰੇ ਦਾਉ ਧੜੀਆਂ ਲਾਨੀਆਂ ਪੀ ਹਟਾਇਰ ਬਿੰਦ ਇੱਕ ਕੋਸ ਖਲਾਨੀ ਐ ਇਦਾਂ ਉਹ ਵੀ ਇਦਾਂ ਉਹ ਮੇਰੇ ਬੱਚੇ ਅੱਛਾ ਕਰਨੇ ਟੈਂ ਬਾਸ ਅਰੇ ਬੜਾ ਹਾਂਜੀ ਬਾਕੀ ਭਾਈ ਮੈਂ ਉਹਦੇ ਬਾਰੇ ਚ ਕੋਠਿਆ ਬਾਰੇ ਚ ਅਪਲੀਕੇਸ਼ਨ ਦਿੱਤੀ ਉਥੇ ਵੀ ਆਰ ਉਹਨੇ ਉਹ ਦਰਜ ਨਹੀਂ ਕੀਤੀ ਅੱਛਾ ਬਾਜ਼ਾਰ ਤੁਸੀਂ ਦੇ ਹੀ ਆਏ ਹਾਂ ਦੇ ਦਿੱਤੀ ਮੈਂ ਅਪਲੀਕੇਸ਼ਨ ਡੀਸੀ ਦਾ ਪੇਪਰ ਮੈਂ ਇਹ ਵੀ ਲਾਤੇ ਮੀ ਗਈ ਉਹ 9.5 ਕੇ ਛਾਲ ਲੈਣੀ ਦਰਖਾਸਤਾਂ ਜਿਹੜੀਆਂ ਨੇ ਇਹਨੇ ਜਿਹੜੀਆਂ ਮਤਲਕਾ ਮਹਿਕਮੇ ਨੇ ਉਹਦੇ ਤੱਕ ਰਪਜਾਈ ਉੜੀ ਦੀਆਂ ਨੇ ਉਹਨ ਬਿਗਨ ਕੋਤਾ ਪਾਵਾ ਕਰਦਾ ਹੈ ਵਿੱਚ ਕਾਰਨ ਕੀ ਹੈ ਕਾਰਨ ਤੁਸੀਂ ਪੂਰੀ ਗੱਲਬਾਤ ਹੈ ਜੇ ਤੁਸੀਂ ਲੱਭੀ ਗਏ ਹੋ ਨਾ ਕਿ ਕਾਰਨ ਵਿੱਚ ਅਰਚਨ ਕੁਥਾ ਨਹੀਂ ਪਾਵਾ ਦੀ ਹੈ ਉੱਚ ਅਧਿਕਾਰੀ ਜਿਹੜੇ ਨੇ ਉਹਨੇ ਇਹਨੇ ਗੱਲਾਂ ਦੀ ਸੰਗਿਆਨ ਚ ਲੈਣਾ ਚਾਹੀਦਾ ਇਹ ਕੋਈ ਨਿੱਕੀ ਗੱਲ ਨਹੀਂ ਹੈ ਅਗਰ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੇ ਉਹ ਆਵਾ ਕਰਦੀਆਂ ਨੇ ਉਸ ਦਾ ਫਾਇਦਾ ਇਨੇ ਗਰੀਬ ਗੁਰਬੇ ਲੋਕਾਂ ਕੀ ਕਿਥੋਂਣਾ ਚਾਹੀਦਾ ਕਿ ਕਿ ਇਹ ਹੱਕਦਾਰਨ ਜ਼ਿਲ੍ਹਾ ਪ੍ਰਸ਼ਾਸਨ ਕੀ ਚਾਹੀਦਾ ਕਿ ਇਹਦਾ ਸੰਗਿਆਨ ਲੱਤਾ ਜਾ ਔਰ ਤੌਲੇ ਕੋਲਾ ਤੌਲਾ ਇਨੇ ਲੋਕਾਂ ਕੀ ਉਹਨੇ ਸਕੀਮੇ ਦਾ ਪੂਰਾ ਪੂਰਾ ਲਾਹ ਜਿਹੜਾ ਉਹ ਦਿੱਤਾ ਜਾ